ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਕ ਸਾਲ ਤੋਂ ਲਗਾਤਾਰ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਲੰਗਰ ਦੀ ਸੇਵਾ ਬੜੀ ਅਤਿ ਸਤਿਕਾਰਯੋਗ ਸਾਡੇ ਪ੍ਰਧਾਨ ਭਾਈ ਲਖਵੀਰ ਸਿੰਘ ਜੀ ਜੋ ਉਹਨਾਂ ਦੇ ਪਿਆਰ ਦਾ ਸਦਕਾ ਇੱਕ ਸਾਲ ਤੋਂ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਲੰਗਰਾਂ ਦੀ ਸੇਵਾ ਵੱਖ ਵੱਖ ਹੋਸਪਿਟਲਾਂ 'ਤੇ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਿਰਧ ਆਸ਼ਰਮ ਸੇਵਾ ਸੁਸਾਇਟੀ ਜਿਸਟਰ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ, ਰਾਏਕੋਟ ਰੋਡ ਨੇੜੇ ਪੈਟਰੋਲ ਪੰਪ ਮਹਿਲ ਕਲਾਂ ਵਿਖੇ, ਇਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਕ ਸਾਲ ਤੋਂ ਲਗਾਤਾਰ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਲੰਗਰ ਦੀ ਸੇਵਾ ਬੜੀ ਅਤਿ ਸਤਿਕਾਰਯੋਗ ਸਾਡੇ ਪ੍ਰਧਾਨ ਭਾਈ ਲਖਵੀਰ ਸਿੰਘ ਜੀ ਜੋ ਉਹਨਾਂ ਦੇ ਪਿਆਰ ਦਾ ਸਦਕਾ ਇੱਕ ਸਾਲ ਤੋਂ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਲੰਗਰਾਂ ਦੀ ਸੇਵਾ ਵੱਖ ਵੱਖ ਹੋਸਪਿਟਲਾਂ 'ਤੇ ਜਾਂਦੀ ਹੈ। ਸਪਾ ਮਹਿਲ ਕਲਾਂ ਅਤੇ ਆਦੇਸ਼ ਹੋਸਪਿਟਲ
ਪਿੱਛੋਂ ਮੰਡੀ ਬਠਿੰਡਾ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਰੋਜ਼ਾਨਾ 300-400 ਬੰਦੇ ਦਾ ਲੰਗਰ ਲਗਾਤਾਰ ਆਉਂਦਾ ਹੈ। ਸਮਾਂ ਸ਼ਾਮ ਦਾ ਹੁੰਦਾ ਹੈ, 5 ਤੋਂ ਲੈ ਕੇ 7 ਵਜੇ ਤੱਕ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿੰਨੇ ਵੀ ਇੱਥੇ ਮੇਰੇ ਵੀਰ ਭਰਾ, ਬਜ਼ੁਰਗ, ਮਾਈ ਭਾਈ, ਜਿੱਦਾਂ ਦਾ ਵੀ ਕੋਈ ਆਉਂਦਾ ਹੈ, ਉਹ ਗੁਰੂ ਦਾ ਲੰਗਰ ਛਕ ਕੇ ਸਾਰੇ ਜਾਂਦੇ ਨੇ ਅਤੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੀਸਾਂ ਪ੍ਰਾਪਤ ਕਰਦੇ ਨੇ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਾਬਾ ਜੀ ਦਾ ਲੰਗਰ ਬਹੁਤ ਹੀ ਸ਼ਰਧਾ ਅਨੁਸਾਰ ਚੱਲ ਰਿਹਾ, ਬਹੁਤ ਹੀ ਸੇਵਾ ਦੇ ਪਾਤਰ ਨੇ ਇਹ, ਜਿਹੜੇ ਸਵੇਰੇ ਤੋਂ ਆ ਜਾਂਦੇ ਨੇ, ਚਾਹ ਦੇ ਗੱਫੇ ਵੀ ਲਵਾਉਂਦੇ ਨੇ ਅਤੇ ਲੰਗਰ ਦੇ ਪ੍ਰਸ਼ਾਦੇ ਵੀ ਛਕਾ ਕੇ ਜਾਂਦੇ ਨੇ। ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ। ਔਰ ਇੱਥੇ ਜਿਹੜੇ ਬਾਹਰੋਂ ਆਏ ਸੱਜਣ ਨੇ, ਉਹ ਆਪਦੇ ਇੱਥੇ ਰਾਸ਼ਨ ਲੈਂਦੇ ਨੇ, ਰੋਟੀ ਪਾਣੀ ਖਾਂਦੇ ਨੇ, ਚਾਹ ਪਾਣੀ ਪੀਂਦੇ ਨੇ। ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਜੀ। ਵੀਰ ਜੀ ਕੀ ਕਹਿਣਾ ਚਾਹੋਗੇ? ਵਧੀਆ ਸੇਵਾ, ਵਧੀਆ ਚੱਲ ਰਹੀ ਹੈ ਲੰਗਰ ਦੀ ਭਾਈ, ਪਾਰਟੀ ਵਧੀਆ ਲੰਗਰ ਬਣ ਰਹੀ ਹੈ। ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਬਾਬਾ ਜੀ ਨੂੰ ਕਹਿਣਾ ਚਾਹੁੰਦਾ, ਬਾਬਾ ਜੀ ਨੇ ਬਹੁਤ ਵਧੀਆ ਲੰਗਰ ਲਾ ਰੱਖਿਆ ਜੀ। ਬਹੁਤ ਲੋੜਵੰਦ ਵੀਰਾਂ ਭੈਣਾਂ ਭਰਾਵਾਂ ਨੂੰ ਲੰਗਰ ਛਕਾ ਰਹੇ ਨੇ ਵੀਰ ਜੀ। ਬਾਬਾ ਜੀ ਨੇ ਬਹੁਤ ਹੀ ਵਧੀਆ ਨੇ, ਜੋ ਵੀ ਕਿਸੇ ਵੀਰ ਭਰਾ ਕੋਲ ਨਹੀਂ ਪੈਸੇ ਕੁਛ ਵੀ ਹੈਗੇ, ਉਹ ਬਾਬਾ ਜੀ ਆਪ ਪ੍ਰਸ਼ਾਦਾ ਛਕਾ ਰਹੇ ਨੇ ਅਤੇ ਬਾਬਾ ਜੀ ਵਾਸਤੇ ਬਹੁਤ ਅਸੀਂ ਧੰਨਵਾਦ ਕਹਿਣਾ ਚਾਹੁੰਦੇ ਹਾਂ ਬਾਬਾ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੜਾ ਵਧੀਆ ਹੈ, ਕ੍ਰਾਂਤੀ ਨਹੀਂ, ਗਰੀਬਾਂ ਦੀ ਸੇਵਾ ਕਰਦੇ ਹੈ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਠੀਕ ਹੈ, ਸੇਵਾ ਬਹੁਤ ਵਧੀਆ ਚੱਲੀ ਜਾਂਦੀ ਹੈ, ਬਹੁਤ ਰੰਗ ਲੱਗੇ ਜੀ। ਸਭ ਤੋਂ ਪਹਿਲਾਂ ਪੰਜਾਬ ਪਲੱਸ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ। ਆਓ ਤੁਹਾਨੂੰ ਅੱਜ ਬਿਰਧਾਸ਼ਰਮ ਮਹਿਲ ਕਲਾਂ ਬਾਰੇ ਜਾਣਕਾਰੀ ਕਰਵਾਈਏ। ਜਿੰਨੇ ਵੀ ਬਜ਼ੁਰਗ ਨੇ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਢੰਗ ਨਾਲ, ਮੈਂ ਡਾਕਟਰ ਨਾਰ ਸਿੰਘ ਮਹਿਲ ਕਲਾਂ, ਜੋ ਬਜ਼ੁਰਗਾਂ ਦੀ ਸੇਵਾ ਕਰਦਾ। ਕੈਮਰੇ 'ਚ ਦੇਖ ਹੀ ਰਹੇ ਹੋ, ਇਹ ਬਿਰਧਾਸ਼ਰਮ ਬੜਾ ਹੀ ਸ਼ਰਧਾ ਨਾਲ ਚਲਾ ਰਹੇ ਨੇ। ਸਰਦਾਰ ਲਖਵੀਰ ਸਿੰਘ ਜੀ ਛੱਗੂ, ਉਹਨਾਂ ਦੀ ਬਦੌਲਤ ਇਹ ਬਿਰਧਾਸ਼ਰਮ ਚਲਾਇਆ ਜਾ ਰਿਹਾ। ਅਤੇ ਸਾਡੇ DP ਮਾਸਟਰ ਜੀ, ਇਹ ਵੀ ਮੇਨ ਮੈਂਬਰ ਨੇ ਇੱਥੋਂ ਦੇ, ਬਾਈ ਜੀ, ਹੋਰ ਵੀ ਪ੍ਰਧਾਨ ਸਾਹਿਬ ਜੀ ਪਹੁੰਚ ਚੁੱਕੇ ਨੇ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਇਹ ਬਿਰਧਾਸ਼ਰਮ ਮੇਨ ਰੋਡ ਬਰਨਾਲਾ ਰੋਡ ਲਿੰਕ 'ਤੇ ਸਥਾਪਿਤ ਆ। ਜਿਸ ਵੀ ਵੀਰ ਭਾਈ ਦਾ ਬਜ਼ੁਰਗ ਨੂੰ ਸਾਂਭਣ ਵਾਸਤੇ ਇਹ ਬਿਰਧਾਸ਼ਰਮ ਤਿਆਰ ਕੀਤਾ ਗਿਆ ਹੈ। ਮੈਂ ਬਤੌਰੇ ਡਾਕਟਰ ਇੱਥੇ ਸੇਵਾ ਕਰ ਰਿਹਾ ਹਾਂ।